ਕਿੱਦਾਂ ਹਾਲ ਚਾਲ ਜੀ? ਕਈਆਂ ਨੂੰ ਗੁੱਡ ਮਾਰਨਿੰਗ, ਕਈਆਂ ਨੂੰ ਗੁੱਡ ਨਾਈਟ, ਕਈਆਂ ਨੂੰ ਗੁੱਡ ਆਫਟਰਨੂਨ। ਕਿੱਦਾਂ ਹਾਲ ਚਾਲ, ਠੀਕ ਠਾਕ ਹੋ ਸਾਰੇ? ਲਓ ਜੀ, ਸਾਰਿਆਂ ਦੇ ਮੈਸੇਜ ਆਉਣ ਲੱਗ ਗਏ। ਠੀਕ ਠਾਕ ਹੋ ਜੀ, ਕੀ ਹਾਲ ਚਾਲ ਆ? ਗੁੱਡ ਮਾਰਨਿੰਗ, ਗੁੱਡ ਆਫਟਰਨੂਨ। ਇਸ ਕਰਕੇ ਵੀ ਕਿਸੇ ਦਾ ਕੋਈ ਟਾਈਮ ਦਾ ਹਿਸਾਬ ਕਿਤਾਬ ਨਹੀਂ ਆ, ਮਰਜ਼ੀ ਨਾਲ ਬੰਦੇ ਉੱਠ ਰਹੇ ਨੇ ਅੱਜ ਕੱਲ੍ਹ, ਮਰਜ਼ੀ ਨਾਲ ਬੰਦੇ ਸੌਂ ਰਹੇ ਨੇ। ਕਈਆਂ ਨੇ ਰਾਤ ਨੂੰ ਦਿਨ ਬਣਾਇਆ, ਕਈਆਂ ਨੇ ਦਿਨ ਨੂੰ ਰਾਤ ਬਣਾਇਆ, ਅਤੇ ਉਲਟ ਪੁਲਟ ਕੰਮ ਹੋਇਆ ਹੋਇਆ ਵਾ। ਕੀ ਚੱਲ ਰਹੀਆਂ ਜੀ ਨਵੀਆਂ ਤਾਜ਼ੀਆਂ? ਕਿੱਦਾਂ ਚੱਲ ਰਿਹਾ ਤੁਹਾਡਾ ਲੋਕਡਾਊਨ? ਘਰੇ ਬੈਠ ਕੇ ਕਿਵੇਂ ਟਾਈਮ ਲੰਘ ਰਿਹਾ ਤੁਹਾਡਾ? ਸੁੱਖ ਸਾਂਦ ਹੈ ਸਾਰਾ ਕੁਛ? ਠੀਕ ਠਾਕ ਹੋ? ਸਭ ਵਧੀਆ ਹੈ ਜੀ। ਜਿਹੜਾ ਸਮਾਂ ਲੰਘ ਜੇ ਕਹਿੰਦੇ ਉਹੀ ਵਧੀਆ, ਔਰ ਠੀਕ ਠਾਕ ਤਰੀਕੇ ਨਾਲ ਲੰਘ ਜੇ। ਬੈਸਟ ਇਹੀ ਆ ਵੀ ਘਰ ਬੈਠ ਕੇ ਵਧੀਆ ਤਰੀਕੇ ਨਾਲ ਸਮਾਂ ਕੱਢ ਲਿਆ ਜਾਵੇ। ਅੱਜ ਲਾਈਵ ਆ ਦੇਖੋ, ਐਂ ਕਦੇ ਸੁਣੀਆਂ ਸੀ ਆਵਾਜ਼ਾਂ, ਇੱਦਾਂ ਪੰਛੀਆਂ ਦੀਆਂ ਆਵਾਜ਼ਾਂ, ਕਦੇ ਕੁਛ ਇੱਦਾਂ ਇੱਦਾਂ ਦਾ ਮੌਸਮ। ਥੈਂਕ ਯੂ ਜੀ, ਥੈਂਕ ਯੂ ਸੋ ਮੱਚ ਸਾਰਿਆਂ ਦਾ, ਤੁਹਾਡਾ ਜਿੰਨੇ ਤੁਸੀਂ ਲਾਈਵ ਹੋਏ ਹੋ। ਫੁੱਲਾਂ ਵਰਗੀ ਕਹੀਏ, ਮਾਈ ਫੇਵਰੇਟ। ਥੈਂਕ ਯੂ ਬ੍ਰਦਰ, ਥੈਂਕ ਯੂ ਸੋ ਮੱਚ। ਸ਼ੁਕਰ ਹੈ ਖੁਦਾ ਦਾ, ਸ਼ੁਕਰ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਸੋ ਅੱਜ ਲਾਈਵ ਹੋਣ ਦਾ ਖਾਸ ਕਾਰਨ ਤਾਂ ਕੋਈ ਹੈ ਨਹੀਂ ਸੀ। ਅੱਜ ਗਾਣਾ ਵੈਸੇ ਰਿਲੀਜ਼ ਹੋਇਆ ਸਾਡਾ, ਮਿਸ ਯੂ। ਤੁਸੀਂ ਸੁਣ ਲਿਆ ਕਿ ਨਹੀਂ ਸੁਣਿਆ ਸਾਰਿਆਂ ਨੇ, ਪਹਿਲਾਂ ਤਾਂ ਇਹ ਦੱਸੋ। ਜੇ ਨਹੀਂ ਸੁਣਿਆ ਤਾਂ ਯੂਟਿਊਬ 'ਤੇ ਜਾ ਕੇ ਸੁਣੋ, ਦੱਸੋ ਸਾਨੂੰ ਕਿੱਦਾਂ ਲੱਗਿਆ। ਸੌਂਗ ਬਹੁਤ ਆਉਂਦਾ ਵੀਰੇ, ਥੈਂਕ ਯੂ ਜੀ, ਥੈਂਕ ਯੂ। PB8 ਓਫੀਸ਼ੀਅਲ, ਥੈਂਕ ਯੂ ਜੀ ਸਾਰਿਆਂ ਦਾ। ਨੱਚ ਨੱਚ ਸੌਂਗ ਇਜ਼ ਰੋਕਿੰਗ, ਸੰਧੂ ਜੀ ਕਹਿੰਦੇ। ਸੋ ਅੱਜ ਨੱਚ ਨੱਚ ਤੋਂ ਬਾਅਦ ਅਗਲਾ ਗਾਣਾ ਆ ਗਿਆ ਜੀ, ਮਿਸ ਯੂ। ਸੋ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਕਿ ਗਾਣਾ ਵਧੀਆ ਬਣਾਇਆ ਜਾਵੇ। ਤੁਹਾਨੂੰ ਪਤਾ ਲੋਕਡਾਊਨ ਚੱਲ ਰਿਹਾ, ਬਾਹਰ ਜਾ ਨਹੀਂ ਸਕਦੇ, ਘਰ 'ਚ ਹੀ ਵੀਡੀਓ ਬਣਾਉਣਾ ਪੈਂਦਾ। ਸੋ ਅਸੀਂ ਘਰ 'ਚ ਹੀ ਵੀਡੀਓ ਬਣਾਇਆ, ਘਰ ਦੇ ਬਾਹਰ ਜਿੰਨੀ ਆ 10 ਫੁੱਟ ਸੜਕ ਦੇ ਉੱਤੇ ਹੀ ਘੁਮਾ ਕੇ ਮੋਟਰਸਾਈਕਲ, ਕਦੇ ਐਨ ਤੋਰ ਲੈਂਦੇ ਸੀ, ਕਦੇ ਐਨ ਤੋਰ ਲੈਂਦੇ ਸੀ, ਐਨ ਤੋਰ ਲੈਂਦੇ ਸੀ, ਐਨ ਤੋਰ ਲੈਂਦੇ ਸੀ, ਫਿਰ ਅੰਦਰ ਆ ਗਏ ਅਤੇ ਬਸ ਫਿਰ ਅੰਦਰ ਹੀ ਕੋਠੇ ਕੋਠੇ 'ਤੇ ਖੜ੍ਹ ਕੇ ਇੱਦਾਂ ਉੱਦਾਂ ਬਣਾਇਆ। ਪਰ ਵੀਡੀਓ ਮੈਨੂੰ ਲੱਗਦਾ ਕਿ ਤੁਹਾਨੂੰ ਠੀਕ ਲੱਗੀ, ਥੈਂਕ ਯੂ ਤੁਹਾਡਾ, ਜਿੰਨੇ ਕੁ ਮੈਸੇਜ ਮੈਂ ਹੁਣ ਤੱਕ ਦੇਖਿਆ। ਸੋ ਜਿਨ੍ਹਾਂ ਨੇ ਨਹੀਂ ਦੇਖਿਆ ਹਾਲੇ ਤੱਕ ਗਾਣਾ, ਸੋ ਪਲੀਜ਼ ਯੂਟਿਊਬ 'ਤੇ ਜਾਓ, ਗਾਣਾ ਦੇਖੋ। ਕਹਿੰਦਾ ਵੀਰੇ ਮਿਸ ਯੂ ਦਾ ਆਡੀਓ 6 ਸਾਲ ਪਹਿਲਾਂ ਡੁਬਈ 'ਚ ਹੀ ਸੁਣ ਲਿਆ ਸੀ। ਕਿਆ ਬਾਤ ਹੈ ਜੀ, ਵੀਡੀਓ ਹੁਣ ਤੁਸੀਂ ਕਿਹੜੇ ਕੰਟਰੀ 'ਚੋਂ? ਇੰਡੀਆ ਹੋ ਜੀ, ਵੀਡੀਓ ਤੁਸੀਂ ਫਿਰ ਇੰਡੀਆ ਦੇਖ ਲਓ। ਆਹ ਬੰਦੇ 2 ਬਿਜ਼ੀ ਹੋਏ ਹੋਏ ਨੇ ਅੰਦਰ ਟਿਕਟੋਕਾਂ ਬਣਾਉਣ ਦੇ ਵਿੱਚ। ਬਣ ਗਈ ਤੁਹਾਡੀ ਟਿਕਟੋਕ? ਹੋਏ ਐਂਡ ਹੋ ਗਿਆ, ਲੈ ਕਹਿੰਦੇ ਟ੍ਰੈਂਡਿੰਗ 'ਚ ਆਉਣੀ ਹੈ, ਇਹਨਾਂ ਨੇ ਟਿਕਟੋਕ ਬਣਾਈ ਆ ਮਿਸ ਯੂ ਦੇ ਉੱਤੇ, ਦੇਖ ਲੈਂਦੇ ਹਾਂ ਹੁਣੇ ਜਲਵਾ। ਟਿਕਟੋਕ 'ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਰਘਵੀਰ ਬੋਲੀ ਅਫੀਸ਼ੀਅਲ, ਸਿੱਧਾ ਰਘਵੀਰ ਬੋਲੀ ਅਫੀਸ਼ੀਅਲ ਦਾ ਕੀ ਮਤਲਬ? ਆਫਿਸ ਹੈਗਾ ਰਘਵੀਰ ਬੋਲੀ ਨੂੰ ਪੁੱਛੋ, ਆਫਿਸ ਹੈਗਾ। ਕਿਆ ਬਾਤ, ਕਿਆ ਬਾਤ ਹੈ ਪਾਨਾ ਜੀ, ਤੁਸੀਂ ਵੀ ਪਾਨਾ ਪਾਨਾ ਐਲ ਏ ਅਫੀਸ਼ੀਅਲ? ਐਂਡ ਔਨ ਟਿਕਟੋਕ? ਤੁਸੀਂ ਹੁਣੇ ਹੈੱਡਫੋਨ ਲਾ ਕੇ ਟਿਕਟੋਕ ਪਾਈ ਆ? ਇੰਨੇ ਉਦਾਸ ਕਿਉਂ ਸੀ ਤੁਸੀਂ? ਗਾਣਾ ਉਦਾਸ ਨਹੀਂ ਹੈ, ਗਾਣਾ ਰੋਮੈਂਸ ਹੈ। ਤੂੰ ਕਹਿੰਦਾ ਆ ਗਈ ਉਹ ਯਾਦ ਵਾਪਸ, ਸਮਾਈਲਿੰਗ ਫੇਸ। ਮੈਂ ਸਮਾਈਲ ਵੀ ਕੀਤੀ ਹੈ? ਨਹੀਂ ਕੀਤੀ ਤੇ, ਤੂੰ ਤਾਂ ਉਜੜਿਆ ਬੈਠਾ ਵਾ। ਹੁਣ ਭੰਗੜਾ ਪਾ ਕੇ ਬਣਾਵਾਂਗੇ ਅਗਲੇ ਵਾਲੀ। ਅਗਲੇ ਵਾਲੀਆਂ ਨੇ ਭੰਗੜਾ ਪਾ ਕੇ ਸ਼ਾਇਦ ਉਹਨੂੰ ਤੰਗੜਾ ਕੜਕ ਕੜਕ ਫੇਰ ਦੁਬਾਰਾ ਗੜੰਗ ਗੜੰਗ ਗੜੰਗ, ਐਦਾਂ ਭਾਨੇ ਨੇ ਹੁਣ ਪਾਉਣੀ ਆ ਟਿਕਟੋਕ। ਲੋਕ ਹੱਸ ਰਹੇ ਨੇ ਥੱਲੇ, ਇੱਕ ਵਾਰੀ ਨੇ ਅੱਖਾਂ 'ਚੋਂ ਹੰਝੂ ਕੱਢ ਲਏ, ਐ ਇੱਥੇ ਇੱਥੇ ਤੱਕ ਆ ਗਏ ਉਹਦੇ ਹੰਝੂ। ਬਾਕੀ ਦੀਆਂ ਗੱਲਾਂ ਅੱਜ ਜਿਹੜਾ ਟਿਕਟੋਕ 'ਤੇ, ਟਿਕਟੋਕ 'ਤੇ ਕਹਿੰਦਾ ਇੰਸਟਾ 'ਤੇ ਆਪਾਂ ਲਾਈਵ ਹੋਏ ਹਾਂ, ਉਹ ਬੇਸਿਕਲੀ ਇਸ ਲਈ ਹੋਏ ਹਾਂ ਵੀ ਆਪਾਂ ਤੁਹਾਨੂੰ ਦੱਸਣਾ ਸੀ ਵੀ ਆਪਾਂ 3 ਵਜੇ ਲਾਈਵ ਹੋ ਰਹੇ ਹਾਂ ਰੈੱਡ ਐਫ ਐਮ ਇੰਡੀਆ ਦੇ ਇੰਸਟਾਗ੍ਰਾਮ ਪੇਜ ਦੇ ਉੱਤੇ, ਠੀਕ ਹੈ। ਰੌਕੀ ਦੇ ਨਾਲ, ਆਰ ਜੇ ਰੌਕੀ, ਉਹਦੇ ਨਾਲ ਲਾਈਵ ਹੋਵਾਂਗੇ, ਉੱਥੇ ਗੱਲਾਂ ਮਾਰਾਂਗੇ, ਤੁਹਾਨੂੰ ਸਾਰੀਆਂ ਅਪਡੇਟਾਂ ਉੱਥੇ ਦੇਵਾਂਗੇ, ਲੰਮੀ ਚੌੜੀ ਗੱਲਬਾਤ ਕਰਾਂਗੇ। ਹੈਪੀ ਰਾਏ ਕੋਟੀ ਬਾਰੇ ਕੁਛ ਦੱਸੋ ਬਾਈ ਜੀ,
हैप्पी राय कोटी जी, हैप्पी उन्हां दा नाम है, रायकोट उन्हां दा पिंड है। हैप्पी राय कोटी जी दी लगभग उम्र किन्नी होवेगी? 43 साल दी उम्र हैगी है लगभग, क्योंकि जो आप 15 साल पहले उन्हां दे व्याह ते गए सी। आप 43 साल मन्ने हन ऑफिशली, ते 15 पता नहीं 18 साल पहला असी उन्हां दे व्याह ते गए सी। बड़ी रौनक लगी, ते हुण तां रब दी सुख नाल है चमकीले बाई होरां ने भी ना गाए होण, उदों ना आया नहीं सी ना पैंदा गाने च, कोई पता नहीं। ते बहुत पुराने ने हैप्पी जी, सो बड़ी उन्हां दी रिस्पैक्ट है जी। कहिंदा वीरे असीं रायकोट तों ही आ, साडा शहर आ, साडा पिंड नहीं हैगा। बिल्कुल जी, दो तुसी कह रहे हो, असी भी जो कह रहे हैं वह भी बिल्कुल दुरुस्त है। तो भाई बिग फैन, तुसी एक सौंग कहते बाबू सिंह मान साहब का भी एक गाना तुसी गाओ, हाथ हो जूगी जरूर भाई जी। अच्छा तो आप चाहते हैं कि असी उन्होंने गाना गाइए जी। हनुमानगढ़ तो फुल सपोर्ट है भाई जी, इस बार सभी वोटें हमारे हक में होंगी, हनुमानगढ़ से हमें सपोर्ट मिली है। ठीक है वीरे, थैंक यू, थोड़ा प्यार है, थोड़ा सत्कार है वीरे, थैंक यू सो मच। हैलो जी, हैलो जी, हैलो हैलो, लाहौर तो हो लग दी लाहौर दी है। पानी कोई आया दरवाजा वैसे खुल रहा अज हवा नाल, पानी देख ला दरवाजे की भी हवा खराब होगी, दरवाजा अपने आप खुल रहा है। चलो जी पाने, प्लीज ढिड नू अंदर करो, है क्यों नहीं पाने, एडा बड़ा ढिड दिख रहा। मैनू थले कमेंट आया है भी पाना भाजी नू भी कहो माड़ा मोटा भार घटा लैन। की कर रहे सी भाने का समान, तुसी देख सकते हो भी जेडे हिसाब नाल परे डंबलां नू मिट्टी जमी हुई है, आदे तुहानू लगदा भी इहने कदे चक्के होणगे? तुहानू लगदा भी इहने कदे चक्के होणगे? ट्रेडमिल दे उत्ते इहने बैडमिंटन दे रैकेट रखे हुए ने, हैं आ देख लो, कहना बाहर ओपन च करिया करनी आ एक्सरसाइज, बहाने ने कर लिया एक्सरसाइजा, बस हो गया काम, हो गया बस गल खत्म होगी। चलो ठीक है जी, प्लीज़ मेक श्योर तुसी यूट्यूब ते जाओ, जाके कमेंट जरूर करो थले, तुहानू दस्सियो गाना किदां लग्या, ते शेयर कर दो गाना सारे जने, हंबल म्यूजिक नू सबसक्राइब कर दो, चक दौ फटे। हाँ मैं कल परसों एक पोस्ट फोटो भी पाई सी स्नैपचैट से, कई लगे मैं उई पाई है जी, तो मैं लिखा है भी गाना एवरी 15 डेज, हर 15 दिन बाद गाना आऊगा, तो वह मजाक नहीं सी, वो सच सी, तुसी गाना इंजॉय करो। 7 दिन बाद 8 दिन बाद आप नवे गाने का भी पोस्टर रेडी कर लेना, नाल दी नाल ही चक देने फटे, नेरियां ठाल के रखनी काम, खिच देना काम खिच। ठीक है जी, ओके जी, लव यू, थैंक यू, थोड़ा सारिया का बहुत बहुत धन्यवाद। तो घेंट लग्या सोंग भाई, थैंक यू वीरे जसकरण जी, थैंक यू सो मच, तो थोड़ा बहुत बहुत धन्यवाद, लव यू, मिस यू। यूट्यूब के उत्ते रिलीज़ हो चुका, शेयर कर दो, इंस्टा से स्टोरी आके देख सकते हो, फीड पर देख सकते हो, लव यू ऑल।